ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇੱਕ ਮਿੰਟ ਸਰ, ਮੈਂ ਦੇਖ ਲਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਲੰਗਰ ਛਕ ਕੇ ਫਿਰ ਭਾਈ ਜਾਨ ਦੀ ਕਿਰਪਾ ਕਰਨੀ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। Thank you.
ਠੀਕ ਹੈ ਪੀ ਲਓ ਪਾਣੀ ਦਾ ਪੀ ਲਓ ਲਓ ਜੀ ਲਓ ਲਓ ਲਾ ਗਲਾਸ ਬੜਾ ਅੱਜ ਸਾਡੇ ਥਾਣਾ ਸਤਰਾਣਾ ਵਿਖੇ ਪਰਸੋਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਪ੍ਰਕਾਸ਼ ਹੈ। ਅੱਜ ਭੋਗ ਪਾਏ ਗਏ ਨੇ, ਹਰ ਸਾਲ ਦੀ ਤਰ੍ਹਾਂ ਇੱਥੇ ਅਖੰਡ ਪਾਠ ਆਰੰਭ ਹੁੰਦੇ ਨੇ ਅਤੇ ਇੱਥੇ ਅੰਦਰ ਬਾਬੇ ਦੀ ਮਜ਼ਾਰ ਬਣੀ ਹੈ, ਇੱਥੇ ਮੇਲਾ ਲੱਗਦਾ ਅਤੇ ਸਾਰੀ ਸੰਗਤਾਂ ਦੇ ਸਹਿਯੋਗ ਨਾਲ, ਥਾਣਾ ਮੁਲਾਜ਼ਮ ਦੇ ਸਹਿਯੋਗ ਨਾਲ ਅਖੰਡ ਪਾਠ ਕਰਾਇਆ ਜਾਂਦਾ ਹੈ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਹ ਸ਼ੁਰੂ ਤੋਂ ਪਹਿਲਾਂ ਤੋਂ ਹੀ ਚੱਲਦੀ ਆ ਰਹੀ, ਇੱਥੇ ਲੋਕ ਇਹਨੂੰ ਬੜੀ ਸ਼ਰਧਾ ਨਾਲ ਪੂਜਦੇ, ਹਰ ਵੀਰਵਾਰ ਨੂੰ ਇੱਥੇ ਮਤਲਬ ਇੱਥੇ ਲੋਕ ਮੱਥਾ ਟੇਕਣ ਆਉਂਦੇ ਨੇ, ਕੜਾਹੀਆਂ ਲਾਉਂਦੇ ਨੇ, ਸੁੱਖਾਂ ਸੁੱਕਦੇ ਨੇ, ਸੁੱਖਾਂ ਪੂਰੀਆਂ ਹੁੰਦੀਆਂ ਨੇ, ਲਾਲਾਂ ਨੇ ਪੀਰ ਦੀ ਦਰਗਾਹ ਹੈ। ਹਰ ਪਿੰਡ ਦੇ ਆਲੇ ਦੁਆਲੇ ਲੋਕ ਵੀ ਅੱਜ ਦੇ ਦਿਨ ਆਲੇ ਦੁਆਲੇ ਲੋਕ ਵੀ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ। ਅੱਜ ਸਤਰਾਣੇ ਅਸੀਂ ਥਾਣੇ ਦੇ ਵਿੱਚ ਜਿੱਥੇ ਲਾਲਾਂ ਵਾਲੇ ਪੀਰ ਜੀ ਦੀ ਹਰ ਸਾਲ ਦੀ ਤਰ੍ਹਾਂ, ਮੰਨ ਲਓ ਇਸ ਸਾਲ ਫਿਰ ਸਾਡੇ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਕੀਤੇ ਗਏ, ਅੱਜ ਭੋਗ ਪਏ ਨੇ ਔਰ ਸਾਡੇ ਪਾਤਰਾਂ ਦੇ DSP ਸਰਦਾਰ ਦਲਜੀਤ ਸਿੰਘ ਜੀ ਵਿਰਕ ਸਾਹਿਬ ਔਰ ਸਾਡੇ ਇੱਥੋਂ ਦੇ ਇੰਚਾਰਜ ਪੁਰਸ਼ੋਤਮ ਜੀ ਔਰ ਉਹਨਾਂ ਦੀ ਸਮੁੱਚੀ ਟੀਮ, ਅਮਨ ਹੋਰੀ ਸਾਰੇ ਭਰਾਵਾਂ ਨੇ ਰਲ ਮਿਲ ਕੇ ਪਰਮਾਤਮਾ ਦਾ ਨਾਮ ਓਟ ਆਸਰਾ ਲਿਆ ਸਾਰਿਆਂ ਦਾ। ਹਰ ਸਾਲ ਦੀ ਤਰ੍ਹਾਂ ਇੱਥੇ ਅਖੰਡ ਪਾਠ ਸਾਹਿਬ ਕਰਾਂਗੇ ਭੋਗ ਪਾਏ। ਰਣਜੀਤ ਇਹ ਹਰ ਸਾਲ ਚੜ੍ਹਾਈ ਜਾਂਦੀ ਹੈ ਜੀ, ਕਿਉਂਕਿ ਲਾਲਾਂ ਵਾਲੇ ਪੀਰ ਜੀ ਮਹਾਰਾਜ ਜੀ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਹਰ ਸਾਲ ਇੱਥੇ ਚਾਦਰ ਚੜ੍ਹਾਈ ਜਾਂਦੀ। ਇਸ ਵਾਰ ਫਿਰ ਸਾਡੇ ਪੁਰਸ਼ੋਤਮ ਜਿਹੜੇ ਇੱਥੋਂ ਦੇ ਇੰਚਾਰਜ ਨੇ ਸਾਡੇ ਸਤਰਾਣੇ ਦੇ, ਉਹਨਾਂ ਦੇ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ। ਹਾਂਜੀ ਹਾਂ, ਹਰ ਸਾਲ ਇੱਥੇ ਮੇਲਾ ਭਰਦਾ ਜੀ, ਬੜੀ ਮੰਨਤਾ ਇੱਥੇ ਕਿਉਂਕਿ ਮਹਾਰਾਜ ਦਾ ਅਖੰਡ ਪਾਠ ਸਾਹਿਬ ਵੀ ਕਿਰਾਏ ਕਰਿਆ, ਭੋਗ ਵੀ ਪਾਏ। ਅੱਜ ਹਲਕੇ ਸਤਰਾਣੇ ਦੇ ਵਿੱਚ ਸਤਰਾਣਾ ਪੁਲਿਸ ਥਾਣੇ ਦੇ ਵਿੱਚ ਪੁਲਿਸ ਵੱਲੋਂ ਗੁਰੂ ਮਹਾਰਾਜ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਨੇ ਅਤੇ ਇੱਥੇ ਇੱਕ ਬਾਬੇ ਦਰਗਾਹ ਹੈ ਜੋ ਬਾਬੇ ਦੇ ਚਾਦਰ ਝਾੜ ਕੇ ਉਹ ਮੇਲਾ ਜੋ ਹਰ ਸਾਲ ਮਨਾਇਆ ਜਾਂਦਾ ਉਹ ਮੇਲੇ ਦਾ ਆਯੋਜਨ ਕੀਤਾ ਗਿਆ। ਪੁਲਿਸ ਨੂੰ, ਸਾਰੇ ਹਲਕਾ ਵਾਸੀਆਂ ਨੂੰ, ਸਾਰੇ ਹੀ ਇਲਾਕੇ ਨੂੰ ਬਹੁਤ ਬਹੁਤ ਵਧਾਈ ਹੈ ਜੋ ਪੁਲਿਸ ਵੱਲੋਂ ਸਾਰੀ ਸੰਗਤ ਦਾ ਸੁੱਖ ਦੇ ਲਈ ਗੁਰੂ ਸਾਹਿਬ ਦੇ ਪਾਠ ਕਰਾਏ ਗਏ ਨੇ।